ਗੁਰਦੁਆਰਾ ਬੋੜੀ ਸਾਹਿਬ ਕੋਟ ਖਾਲਸਾ ਟਪਈ ਰੋਡ ਵਿਖੇ ਹੋਲੇ ਮਹੱਲੇ ਦੇ ਸਬੰਧ ਵਿੱਚ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਜਿਸ ਦੀ ਜਾਣਕਾਰੀ ਦਿੰਦਿਆ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਾਬਾ ਸਵਿੰਦਰ ਸਿੰਘ ਸੰਧੂ ਵੱਲੋਂ ਦਿੱਤੀ ਗਈ ਜਿਸ ਦੌਰਾਨ ਉਹਨਾਖਿਆ ਕੇ 83ਵਾਂ ਵਿਸ਼ਾਲ ਹੋਲਾ ਮਹੱਲਾ 16 17 18 ਤੇ 19 ਮਾਰਚ ਦਿਨ ਬੁੱਧਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਗੁਰਦੁਆਰਾ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੌਰਾਨ 10 ਮਾਰਚ ਦਿਨ ਵੀਰਵਾਰ ਨੂੰ ਸ਼੍ਰੀ ਅਖਾਟ ਪਾਟ ਸਾਹਿਬ ਆਰੰਭ ਕੀਤੇ ਜਾਣਗੇ ਅੱਜ 13 ਮਾਰਚ ਦਿਨ ਐਤਵਾਰ ਨੂੰ ਗੁਰਦੁਆਰਾ ਬੋੜੀ ਸਾਹਿਬ ਤੋਂ ਵਿਸ਼ਾਲ ਲਗਰ ਕੀਰਤਨ ਸਜਾਇਆ ਜਾਏਗਾ ਅਤੇ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰ ਆਪਣਾ ਜੀਵਨ ਸਫਲਾ ਕਰਨ ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਹਰਪਜਨ ਸਿੰਘ ਮੀਤ ਪ੍ਰਧਾਨ ਅਫਤਾਰ ਸਿੰਘ ਜਨਰ ਸਕੱਤਰ ਕੁਲਵੰਤ ਸਿੰਘ ਸਰਕਾਰੀਆ ਸਕੱਤਰ ਪਰਮਿੰਦਰ ਸਿੰਘ ਸੰਧੂ ਮੇਜਰ ਸਿੰਘ ਸਰਕਾਰੀਆ ਪ੍ਰਚਾਰਕ ਸਕੱਤਰ ਦਵਿੰਦਰ ਸਿੰਘ ਸੰਧੂ ਖਜ਼ਾਨਚੀ ਮਨਜੀਤ ਸਿੰਘ ਸਟੋਰ ਕੀਪਰ ਸੁਰਜਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਮੌਜੂਦ ਸਨ ਗੁਰਦੁਆਰਾ ਬੋਡੀ ਸਾਹਿਬੇ ਖੇ ਹਰ ਸਾਲ ਹੋਲਾ ਮਹੱਲਾ ਮਨਾਇਆ ਜਾਂਦਾ ਹੈ ਔਰ ਇਸ ਵਾਰ 9-10 ਤਰੀਕ ਨੂੰ ਵਾਲੀਵਾਲ ਦੇ ਟੂਰਨਾਮੈਂਟ ਕਰਾਏ ਜਾਣਗੇ ਜਿਸ ਦੇ ਵਿੱਚ ਪੰਜਾਬ ਦੀਆਂ ਨਾਮਵਾਰ ਟੀਮਾਂ ਜਿਹੜੀਆਂ ਹਿੱਸਾ ਲੈਣਗੀਆਂ ਔਰ ਇਸ ਦੇ ਦੌਰਾਨ 10 ਮਾਰਚ ਨੂੰ ਸ੍ਰੀ ਅਖੰਡ ਪਾਠ ਸਾਹਿਬ ਜਿਹੜੇ ਆਰੰਭ ਕੀਤੇ ਜਾਣਗੇ ਔਰ 50 ਸ੍ਰੀ ਖੰਡ ਪਾਠ ਸਾਹਿਬ ਦੀ ਲੜੀ ਜਿਹੜੀ ਹੈ ਉਹਦੀ ਰਮਤਾ ਹੋਵੇਗੀ ਔਰ ਇਹ ਨਿਰੰਤਰ 20 ਮਾਰਚ ਤੱਕ ਸ੍ਰੀ ਖੰਡ ਪਾਠ ਚੱਲਣਗੇ ਔਰ 250 ਸ੍ਰੀ ਖੰਡ ਪਾਠ ਜਿਹੜੇ ਹੈ ਉਹ 20 ਤਰੀਕ ਤੱਕ ਸੰਪੂਰਨ ਹੋਣਗੇ ਔਰ ਇਸ ਦੇ ਦੌਰਾਨ 13 ਮਾਰਚ ਨੂੰ ਨਗਰ ਕੀਰਤਨ ਗੁਰਦੁਆਰਾ ਬੋੜੀ ਸਾਹਿਬ ਤੋਂ ਆਰੰਭ ਹੋਵੇਗਾ ਜਿਹੜਾ ਵੱਖ-ਵੱਖ ਇਲਾਕਿਆਂ ਦੇ ਵਿੱਚ ਗੁਰੂ ਮਹਾਰਾਜ ਦਾ ਸੰਦੇਸ਼ ਦੇਂਦਾ ਹੋਇਆ ਸਮਾਪਤ ਸ਼ਾਮ ਨੂੰ ਗੁਰਦੁਆਰਾ ਬੋੜੀ ਸਾਹਿਬ ਵਿਖੇ ਸਮਾਪਤ ਹੋਵੇਗਾ ਔਰ 16 17 18 19 ਮਾਰਚ ਨੂੰ ਭਾਰੀ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਪੰਥ ਦੇ ਮਹਾਨ ਰਾਗੀ ਟਾਢੀ ਪ੍ਰਚਾਰਕ ਸੰਗਤਾਂ ਨੂੰ ਗੁਰਜਾ ਸੁਣਾ ਕੇ ਨਿਹਾਲ ਕਰਨਗੇ ਔਰ ਸੰਗਤਾਂ ਨੂੰ ਗੁਰੂ ਨਾਲ ਜੋੜਨ ਦਾ ਉਪਰਾਲਾ ਕਰਨਗੇ ਔਰ 20 ਤਰੀਕ ਨੂੰ ਬੱਚਿਆਂ ਦੇ ਦਸਤਾਰ ਮਕਲਾ ਕਲਾਏ ਜਾਣਗੇ ਜਿਨ੍ਹਾਂ ਚ ਵਾਸ਼ਪਾਕ ਉਮਰ ਦੇ ਬੱਚੇ ਜਿਹੜੇ ਐ ਉਹ ਪਾਰਟਿਸਪੇਟ ਕਰਨਗੇ ਔਰ ਪਹਿਲੇ ਦੂਜੇ ਤੀਜੇ ਦਰਜੇ ਤੇ ਆਉਣ ਵਾਲੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਸਨਮਾਨਤ ਕੀਤਾ ਜਾਏਗਾ ਔਰ ਜਿੰਨੇ ਵੀ ਬੱਚੇ ਇਸ ਵੇ ਪਾਰਟਿਸਪੇਟ ਕਰਨਗੇ ਸਾਰਿਆਂ ਨੂੰ ਉਤਸ਼ਾਹਤ ਕਰਨ ਦੇ ਵਾਸਤੇ ਵਿਸ਼ੇਸ਼ ਸਨਮਾਨ ਦੇ ਨਾਲ ਸਮਾਨਿਆ ਜਾਏਗਾ ਤਾਂ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਐ ਉਹ ਗੁਰਸਿੱਖੀ ਨਾਲ ਜੁੜੇ ਤੇਰਾ ਦੇ ਦਸਤਾਰ ਚ ਜਾਵੇ ਜੋ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਕਰੀ ਪਛਾਣ ਦਿੱਤੀ ਹੈ ਅਸੀਂ ਉਸ ਪਛਾਣ ਨੂੰ ਬਰਕਰਾਰ ਰੱਖੀਏ ਗੁਰਦੁਆਰਾ ਬੋੜੀ ਸਾਹਿਬ ਕੋਟ ਖਾਲਸਾ ਵਿਖੇ ਜਿੱਥੇ ਕਿ 83ਵਾਂ ਹੁਲਾ ਮੱਲਾ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਤੇ ਜਿਹਦੇ ਸਬੰਧ ਦੇ ਵਿੱਚ ਇਸ ਦੀ ਜਾਣਕਾਰੀ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਦਿੱਤੀ ਗਈ ਹੈ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਬਾਬਾ ਸਵਿੰਦਰ ਸਿੰਘ ਘਰਾਵਲੋਂ ਤੇ ਵੱਡੀ ਗਿਣਤੀ 'ਚ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਕਿ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨ ਤੇ ਜੇ ਗੱਲ ਕਰ ਲਈਏ ਇਸ ਗੁਰਦੁਆਰੇ ਦੀ ਤੇ ਬੜਾ ਇਤਿਹਾਸਕ ਤੇ ਪ੍ਰਾਤਨ ਗੁਰਦੁਆਰਾ ਹੈਗਾ ਬੜਾ ਹੀ ਇਤਿਹਾਸਕ ਗੁਰਦੁਆਰਾ ਤੇ ਲੋਕ ਜਾਂ ਸੰਗਤਾਂ ਵੱਡੀ ਗਿਣਤੀ 'ਚ ਪਹੁੰਚ ਕੇ ਜਿਸ ਤਰ੍ਹਾਂ ਦੀ ਮੁਰਾਦ ਲੈ ਕੇ ਆਉਂਦੀਆਂ ਨੇ ਉਦਾਂ ਦਾ ਇੱਥੇ ਫਲ ਪਾ ਕੇ ਜਾਂਦੀਆਂ ਨੇ ਬੜਾ ਸੱਚਾ ਤੇ ਸੁੱਚਾ ਇਹ ਗੁਰਦੁਆਰਾ ਜਿਹੜਾ ਦਰਬਾਰ ਹੈ ਬਾਬਾ ਜੀ ਦਾ ਤੇ ਇਤਿਹਾਸਕ ਦਰਬਾਰ ਹੈ ਤੇ ਲੋਕ ਇੱਥੇ ਹੁੰਮਾ ਆ ਕੇ ਪੁੰਚਣ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨ ਕੈਮਰਾਮ